ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਅਸੀਂ ਹਾਜ਼ਰਾਂ, ਮੈਂ ਹਾਂ ਹਰਮਨਪ੍ਰੀਤ ਕੌਰ। ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟਾਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਰੇਡੀਓ ਸਾਡੇ ਵਾਲਾ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਜੀ। ਕਾਫੀ ਜ਼ਿਆਦਾ ਇਸ ਵੇਲੇ ਗਰਮਾਈ ਹੋਈ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹ ਆਉਣ ਵਾਲੀਆਂ ਨੇ। ਸੋ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜੀ। ਬਿਲਕੁਲ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲਗਭਗ 6 ਮਹੀਨੇ ਬਾਕੀ ਹੈ। ਇਹਨਾਂ 6 ਮਹੀਨਿਆਂ ਦੇ ਵਿੱਚੋਂ ਕੁਝ ਸਮਾਂ ਪਹਿਲਾਂ ਹੀ ਚੋਣ ਜ਼ਾਬਤਾ ਲੱਗ ਜਾਣਾ ਤੇ ਉਸ ਤੋਂ ਪਹਿਲਾਂ ਜਿਹੜਾ ਵੀ ਸਮਾਂ ਹੈਗਾ ਉਹ ਕਾਂਗਰਸ ਕਿਹੋ ਜਿਹੇ ਵਾਅਦੇ ਪੂਰੇ ਕਰਦੀ ਹੈ ਇਹਦੇ ਉੱਤੇ ਵੀ ਨਿਗਾਹ ਟਿੱਕੀ ਰਹਿਣੀ ਹੈ। ਕਾਂਗਰਸ ਨੇ ਕੀਤਾ ਕੱਖ ਨਹੀਂ ਲੋਕਾਂ ਦੇ ਮਨ ਦੇ ਉੱਤੇ, ਜਿਹੜਾ ਇਹ ਪ੍ਰਭਾਵ ਆ ਇਹ ਕਿਵੇਂ ਖਤਮ ਹੋਊਗਾ ਇਹਦੇ ਵੱਲ ਵੀ ਨਿਗਾਹ ਟਿੱਕੀ ਰਹਿਣੀ ਹੈ। ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਚ ਕਾਮਯਾਬ ਹੁੰਦਾ ਤੇ ਨਹੀਂ, ਇਹ ਵੀ ਲੋਕਾਂ ਦੇ ਵੱਲ ਨਿਗਾਹ ਟਿੱਕੀ ਰਹਿਣੀ ਹੈ ਲੋਕਾਂ ਦੀ ਨਿਗਾਹ। ਤੇ ਵੱਡੀ ਗੱਲ ਇਹ ਕਿ ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਹੈ, ਜਿਹਨੂੰ 2017 ਦੇ ਵਿੱਚ ਬਹੁਤ ਵੱਡਾ ਹੁਲਾਰਾ ਮਿਲਿਆ ਸੀਗਾ ਮਾਇਕ ਤੌਰ ਦੇ ਉੱਤੇ, ਲੋਕਾਂ ਦੇ ਪਿਆਰ ਦੇ ਤੌਰ ਦੇ ਉੱਤੇ, ਫੇਸਬੁੱਕ ਦੇ ਉੱਤੇ ਸੀਟਾਂ ਭਾਵੇਂ ਵੀ ਮਿਲੀਆਂ, ਉਹ ਐਤਕੀ ਲੋਕਾਂ ਦਾ ਭਰੋਸਾ ਕਿਵੇਂ ਜਿੱਤੂਗੀ ਵਕਤ ਦੱਸੂਗਾ। ਦੂਜੀ ਗੱਲ ਇਹ ਹੈ ਕਿ ਮੇਰੀ ਕੱਲ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਗੱਲ ਹੋਈ, ਮੈਨੂੰ ਕਹਿੰਦਾ ਵੀ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਸਾਡਾ ਮਾਹੌਲ ਕਿਹੋ ਜਿਹਾ। ਮੈਂ ਕਿਹਾ ਵੀ ਮੈਨੂੰ ਤਾਂ ਠੰਡਾ ਮੱਠਾ ਹੀ ਲੱਗਦਾ, ਤੁਹਾਨੂੰ ਕਿਵੇਂ ਲੱਗਦਾ? ਮੈਂ ਕਿਹਾ ਤੁਸੀਂ ਲੋਕਾਂ ਦੇ ਵਿੱਚ ਵੱਧ ਵਿਚਰਦੇ ਹਾਂ, ਅਸੀਂ ਤਾਂ ਪੱਤਰਕਾਰ ਹਾਂ, ਕਈ ਵਾਰੀ ਹੋ ਸਕਦਾ ਸਾਨੂੰ ਦਫ਼ਤਰ 'ਚ ਬੈਠਿਆਂ ਨੂੰ ਜਾਣਕਾਰੀ ਗਲਤ ਮਿਲਦੀ ਹੋਵੇ, ਪਰ ਅਸੀਂ ਗਰਾਊਂਡ ਲੈਵਲ ਦੇ ਉੱਤੇ ਜ਼ਮੀਨ ਦੇ ਉੱਤੇ ਤੁਹਾਨੂੰ ਵੱਧ ਪਤਾ ਹੋਊਗਾ। ਉਹ ਕਹਿੰਦਾ ਜੀ ਕਿ ਐਤਕੀ ਅਕਾਲੀ ਦਲ ਤੇ ਕਾਂਗਰਸ ਦੋਨਾਂ ਪਾਰਟੀਆਂ ਤੋਂ ਅੱਕੀ ਹੋਈ ਵੋਟ ਆ ਜਿਹੜੀ ਉਹ ਸਾਨੂੰ ਆਪ ਮੁਹਾਰੇ ਪੈ ਜਾਣੀ ਹੈ, ਐਤਕੀ ਕੋਈ ਬਾਹਲੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ, ਤੁਸੀਂ ਦੇਖਿਓ ਐਤਕੀ ਚਮਤਕਾਰ। ਮੈਂ ਕਿਹਾ ਜੀ ਸਾਨੂੰ ਚਮਤਕਾਰ ਦੇ ਉੱਤੇ ਕੋਈ ਇਤਰਾਜ਼ ਨਹੀਂ ਗਾ, ਚਮਤਕਾਰ ਹੋ ਜੇ ਇਹ ਤਾਂ ਬਾਹਲੀ ਵਧੀਆ ਗੱਲ ਆ, ਰਵਾਇਤੀ ਪਾਰਟੀਆਂ ਦੀ ਥਾਂ ਦੇ ਉੱਤੇ ਜੇ ਤੁਹਾਡੀ ਪਾਰਟੀ ਆ ਜੇ, ਲੋਕ ਆ ਜਿਹੜੇ ਆਪੇ ਬਾਅਦ ਦੇ ਵਿੱਚ ਧਾਰਨਾ ਬਣਾਉਣਗੇ ਵੀ ਤੁਸੀਂ ਚੰਗੇ ਕੰਮ ਕੀਤੇ ਤੇ ਮਾੜੇ ਕੀਤੇ ਆ, ਪਰ ਤੁਸੀਂ ਓਵਰ ਕੌਨਫੀਡੈਂਸ ਦੇ ਵਿੱਚ 17 ਦੇ ਵਿੱਚ ਵੀ ਸੀ, ਐਤਕੀ ਵੀ ਕਿਤੇ ਉਸੇ ਚੱਕਰ 'ਚ ਨਾ ਰਹਿ ਜਾਓ। ਉਹ ਕਹਿੰਦਾ ਨਹੀਂ ਐਤਕੀ ਚਮਤਕਾਰ ਹੋਊਗਾ, ਤੁਸੀਂ ਦੇਖ ਲਿਓ। ਚਲੋ, ਬਾਕੀ ਇਹ ਵੀ ਵਕਤ ਹੀ ਦੱਸੂਗਾ ਵੀ ਭਾਈ ਇਹ ਚਮਤਕਾਰ ਉਹਦੇ ਕਹੇ ਮੁਤਾਬਕ ਹੁੰਦਾ ਕਿ ਨਹੀਂ। ਪਰ ਅਰਵਿੰਦ ਕੇਜਰੀਵਾਲ ਨੇ ਲੰਘੇ ਕੱਲ੍ਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਆ। ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਵਫ਼ਦ ਆ ਜਿਹੜਾ ਉਹ ਜਾ ਕੇ ਕੇਜਰੀਵਾਲ ਨੂੰ ਮਿਲਿਆ। ਇੱਥੇ ਕੇਜਰੀਵਾਲ ਨੇ ਕਿਹਾ ਜੀ ਕਿ ਡੰਡੇ ਤੇ ਝੰਡੇ ਦੀ ਲੜਾਈ ਨਹੀਂ, ਆਪਾਂ ਏਜੰਡੇ ਦੀ ਲੜਾਈ ਲੜਦੀ ਹੈ ਤੇ ਏਜੰਡੇ ਦੀ ਖਾਤਰ ਆਪਾਂ ਪੰਜਾਬ ਦੇ ਵਿੱਚ ਸਾਰਾ ਕੁਝ ਕਰਨਾ। ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਜੀ ਕਿ ਆਪਾਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ, ਕਿਸਾਨ ਜਿੱਤ ਕੇ ਆਉਣ, ਕਿਸਾਨ ਜਿੱਤਣ ਦਾ ਪ੍ਰਭਾਵ ਰਾਜਨੀਤੀ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਪੈਣਾ। ਸੋ ਇਸ ਕਰਕੇ ਕਿਸਾਨਾਂ ਦੇ ਰੂਪ ਨੇ ਰਹਿਣਾ ਤੇ ਆਪਾਂ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਲਗਾਤਾਰ ਚੁੱਕਣੇ ਆ। ਜਿੱਥੇ ਦਿੱਲੀ ਮਾਡਲ ਦੀ ਗੱਲ ਕਰਨ ਦੀ ਲੋੜ ਹੈ ਫਿਰ ਦਿੱਲੀ ਮਾਡਲ ਦੀ ਗੱਲ ਕਰੋ, ਜਿੱਥੇ ਪੰਜਾਬ ਦੇ ਮੁੱਦੇ ਚੁੱਕਣ ਦੀ ਲੋੜ ਹੈ ਦਿਨ ਰਾਤ ਡਟ ਜਾਓ ਸਾਰੇ ਜਾਣੇ ਤੇ ਉੱਥੇ ਬਸ ਇੱਕ ਕਰ ਦਿਓ ਸਾਰਾ ਕੁਝ, ਦਿਨ ਰਾਤ ਇੱਕ ਕਰ ਦਿਓ। ਸੋ ਕੇਜਰੀਵਾਲ ਹੋਰਾਂ ਦੇ ਵੱਲੋਂ ਪੰਜਾਬ ਨੂੰ ਜਿੱਤਣ ਦੇ ਲਈ ਜੋਨਤਾ ਹੁਣੇ ਤੋਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਬਾਕੀ ਵਕਤ ਦੱਸੂਗਾ ਕੀ ਬਣਦਾ, ਆਪਾਂ ਕਹਿ ਨਹੀਂ ਸਕਦੇ ਜੀ ਕਿ ਇਹ ਮੀਟਿੰਗਾਂ ਬਹੁਤ ਰੰਗ ਲੈ ਕੇ ਆਉਣਗੀਆਂ, ਪਰ ਅਸਲ ਦੇ ਵਿੱਚ ਪਤਾ ਆਮ ਆਦਮੀ ਪਾਰਟੀ ਦੀ ਜਿੱਤ ਹਾਰ ਦਾ ਉਸੇ ਦਿਨ ਲੱਗ ਜਾਣਾ ਜਿਸ ਦਿਨ ਇਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੀਐਮ ਦਾ ਚਿਹਰਾ ਹਾਲ ਦੀ ਘੜੀ ਮੈਂ ਤਾਂ ਕਰਕੇ ਕਹਿੰਦਾ ਪਤਾ ਕੋਈ ਨਹੀਂ ਕੱਲ੍ਹ ਨੂੰ ਕੀ ਬਣੇ, ਹਾਲ ਦੀ ਘੜੀ ਭਗਵੰਤ ਮਾਨ ਜਪਦਾ। ਜੇ ਭਗਵੰਤ ਮਾਨ ਨੂੰ ਖੜਾ ਕਰਦੇ ਆ ਭਾਈ ਚਿਹਰੇ ਦੇ ਤੌਰ ਦੇ ਉੱਤੇ ਤੇ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚੋਂ ਕੀ ਪ੍ਰਤੀਕਿਰਿਆ ਆਉਂਦੀ ਹੈ, ਲੋਕ ਇਹਦੇ ਬਾਰੇ ਕੀ ਮਹਿਸੂਸ ਕਰਦੇ ਆ, ਤੇ ਜੇਕਰ ਕਿਸੇ ਹੋਰ ਨੂੰ ਉਡਾਣ ਦੌੜਦੇ ਵੀ ਭਾਈ ਇਹ ਸਾਡਾ ਸੀਐਮ ਕੈਂਡੀਡੇਟ ਹੋਊਗਾ ਤਾਂ ਫਿਰ ਭਗਵੰਤ ਮਾਨ ਹੋਰੀ ਉਹਦੇ ਬਾਬਤ ਕੀ ਰਿਐਕਟ ਕਰਦੇ ਆ ਇਹਦੇ ਬਾਰੇ ਨਿਗਾਹ ਟਿੱਕੀ ਰਹਿਣੀ। ਜੀ ਬਿਲਕੁਲ, ਪਰ ਸਰ ਵਾਰ ਵਾਰ ਜਿਹੜੀ ਗੱਲ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਮਾਡਲ ਦੀ, ਕੀ ਤੁਹਾਨੂੰ ਲੱਗਦਾ ਕਿ ਉਹ ਪੰਜਾਬ ਦੇ ਵਿੱਚ ਇਹ ਮਾਡਲ ਜਿਹੜਾ ਉਹ ਲਾਗੂ ਹੋ ਸਕਦਾ, ਕਿਉਂਕਿ ਪੰਜਾਬ ਦੀਆਂ ਮੁਸ਼ਕਲਾਂ ਹੋਰ ਨੇ ਤੇ ਦਿੱਲੀ ਦੀਆਂ ਸਮੱਸਿਆਵਾਂ ਹੋਰ ਨੇ? ਦੇਖੋ, ਪੰਜਾਬ ਦੀ ਆਬਾਦੀ ਦਿੱਲੀ ਨਾਲੋਂ ਵੱਧ ਦਾ ਇੱਕ ਗੱਲ, ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ, ਦਿੱਲੀ ਖੇਤੀਬਾੜੀ ਪ੍ਰਧਾਨ ਸੂਬਾ ਨਹੀਂ ਆ ਦੂਜੀ ਗੱਲ, ਤੇ ਤੀਜੀ ਮਹੱਤਵਪੂਰਨ ਗੱਲ ਇਹ ਵੀ ਪੰਜਾਬ ਦੇ ਸਿਰ ਕਰਜ਼ਾ ਵੱਧਦਾ, ਦਿੱਲੀ ਦੇ ਸਿਰ ਕਰਜ਼ਾ ਘੱਟ ਆ। ਪੰਜਾਬ ਦੇ ਵਿੱਚ ਤਾਂ ਜੋ ਕੁਝ ਚੱਲ ਰਿਹਾ ਲੰਮੇ ਸਮੇਂ ਤੋਂ ਆਪਾਂ ਜਾਣਦੇ ਹਾਂ, ਕੇਜਰੀਵਾਲ ਹੋਰਾਂ ਦੀ ਇੱਛਾ ਇਹ ਹੈ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੈਰ ਪੱਕੇ ਕਰਨ ਦੀ, ਕਿਉਂਕਿ ਦਿੱਲੀ ਦੇ ਵਿੱਚ ਸਰਕਾਰ ਭਾਵੇਂ ਉਹਨਾਂ ਦੀ ਆ ਪਰ ਨਾ ਹੋਇਆਂ ਵਰਗੀ ਆ। ਉੱਥੇ 60% ਤੋਂ ਵੱਧ ਅਧਿਕਾਰ ਤਾਂ ਕੇਂਦਰ ਦੀ ਸਰਕਾਰ ਕੋਲੇ ਆ, ਕੋਲ ਸੋਨਾ ਕੋਲੇ ਨਹੀਂ, ਗ੍ਰਹਿ ਵਿਭਾਗ ਉਹਨਾਂ ਕੋਲੇ ਨਹੀਂ,
ਵਾਰ ਵਾਰ ਲੈਫਟੀਨੈਂਟ ਗਵਰਨਰ ਦੇ ਕੋਲੋਂ ਪੁੱਛਗਿੱਛ ਕਰਨੀ ਪੈਂਦੀ ਉਹਦੇ ਤੋਂ ਇਜਾਜ਼ਤ ਲੈਣੀ ਪੈਂਦੀ ਕਿਸੇ ਮਸਲੇ ਦੀ। ਆਹ ਹੁਣ ਤਾਂ ਹੋਰ ਵੀ ਜਿਹੜੇ ਆ ਉਹ ਨਵੇਂ ਨਿਯਮ ਪਾਸ ਕਰ ਦਿੱਤੇ ਗਏ ਆ ਵੀ ਭਾਈ ਉਹ ਸਿਰਫ ਰਬੜ ਦੀ ਮੋਹਰ ਵਰਗੀ ਸਰਕਾਰ ਰਹਿ ਜਾਣੀ ਹੈ ਕਿ ਦਿੱਲੀ ਦੀ ਸਰਕਾਰ ਰਹਿ ਜਾਣੀ ਤੇ ਬਾਕੀ ਸਾਰੇ ਫੈਸਲੇ ਅਸਲ ਮਾਲਕ ਦਿੱਲੀ ਦਾ ਜਿਹੜਾ ਲੈਫਟੀਨੈਂਟ ਗਵਰਨਰ ਆ ਉਹ ਆ। ਸੋ ਇਸ ਕਰਕੇ ਉਹਨਾਂ ਦੀ ਇੱਛਾ ਇਹ ਹੈ ਜੀ ਕਿ ਅਸੀਂ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਪੈਰ ਪੱਕੇ ਕਰੀਏ। ਇਹਦੇ ਵਿੱਚ ਵੀ ਕੋਈ ਦੋ ਰਾਇਆ ਨਹੀਂ ਕਿ ਪੰਜਾਬ ਦੇ ਲੋਕ ਸਤੇ ਹੋਏ ਆ ਅਸਲੀ ਹੋਏ ਆ, ਪਰ ਇਹਦੀ ਗੱਲ ਸੱਚੀ ਹੈ ਕਿ ਪੰਜਾਬ ਦੇ ਲੋਕ ਇੱਕ ਵਾਰ ਹੀ ਇਨਕਲਾਬ ਦੀ ਗੱਲ ਕਰਦੇ ਆ, ਬਾਅਦ ਦੇ ਵਿੱਚ ਵਾਰ ਵਾਰ ਵੀ ਕਰਦੇ ਤੇ ਜਿਹੜੀ ਗੱਲ ਉਹਨਾਂ ਨੇ ਪੰਜਾਬੀਆਂ ਨੇ 2017 ਦੇ ਵਿੱਚ ਕਰਤੀ, ਤੁਸੀਂ ਦੇਖੋ ਵੀ ਆਪਣਾ ਇਹ ਰੇਡੀਓ ਜਿਹੜਾ ਇਹ ਨਿਊਜ਼ੀਲੈਂਡ ਦੇ ਵਿੱਚ ਮਕਬੂਲ ਆ। ਨਿਊਜ਼ੀਲੈਂਡ ਦੇ ਕਿੰਨੀ ਵੱਡੀ ਗਿਣਤੀ 'ਚ ਪੰਜਾਬੀਆਂ ਨੇ ਪੰਜਾਬ ਦੇ ਵਿੱਚ ਆਪੋ ਆਪਣੇ ਹਲਕੇ 'ਚ ਪੈਸੇ ਭੇਜੇ ਹੋਣੇ ਆ। ਜਿਹੜਾ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਕੀ ਉਹ ਐਸਟੀ ਭੇਜਣਗੇ? ਕੀ ਜਿਵੇਂ ਮੈਂ ਇੱਥੇ ਉਦਾਹਰਨ ਦਿੰਦਾ ਵੀ ਜਦੋਂ ਮੈਂ 2017 ਦੀਆਂ ਚੋਣਾਂ ਤੋਂ 2 ਮਹੀਨੇ ਪਹਿਲਾਂ, 1.5 ਮਹੀਨਾ ਪਹਿਲਾਂ ਪਿੰਡ ਗਿਆ ਤੇ ਉੱਥੇ ਮੈਂ ਦੇਖਿਆ ਕਿ ਸਾਡੇ ਪਿੰਡ ਦੇ ਵਿੱਚ ਨੌਜਵਾਨ ਜਾਗੋ ਕੱਢ ਰਹੇ ਆ, ਸਿਰ ਦੇ ਉੱਤੇ ਗਾਗਰਾਂ ਰੱਖੀਆਂ ਤੇ ਝਾੜੂ ਫੜੇ ਸਾਰਿਆਂ ਦੇ ਹੱਥ ਦੇ ਵਿੱਚ। ਮੈਂ ਬੜਾ ਹੈਰਾਨ ਕਿ ਸਾਡੇ ਪਿੰਡਾਂ ਵੱਲ ਤਾਂ ਅਕਾਲੀ ਦਲ ਤੇ ਕਾਂਗਰਸ ਤੇ ਦੋ ਪਾਰਟੀਆਂ ਦੀ ਗੱਲ ਹੀ ਹੁੰਦੀ ਆ। ਆਹ ਦੇਖੋ ਕਿਵੇਂ ਚਮਤਕਾਰ ਹੋ ਗਿਆ, ਕੀ ਐਸਪੀ 20 ਚੋਣਾਂ ਦੇ ਮੌਕੇ ਇਹੋ ਜਿਹਾ ਚਮਤਕਾਰ ਹੋਊਗਾ? ਮੈਨੂੰ ਤਾਂ ਜਾਪਦਾ ਵੀ ਇਹ ਗੱਲ ਔਖੀ ਆ, ਪਰ ਜੇਕਰ ਇਹ ਗੱਲ ਦੇਖੀਏ ਵੀ ਭਾਈ ਪੱਕੇ ਹੋਏ ਲੋਕ ਆ ਜਿਹੜੇ ਉਹ ਕਿਸੇ ਵੀ ਵਟਨ ਨੂੰ ਦਬਾਉਣ ਦੀ ਥਾਂ ਦੇ ਉੱਤੇ ਵੀ ਭਾਈ ਝਾੜੂ ਵਾਲਾ ਨੱਪ ਜਾਣਗੇ, ਇਹ ਸ਼ਾਇਦ ਕੋਈ ਵੱਖਰੀ ਗੱਲ ਹੋਵੇ, ਪਰ ਉਦਾਂ ਆਮ ਆਦਮੀ ਪਾਰਟੀ ਦੀ ਜੰਗ ਆ ਜਿਹੜੀ ਉਹ ਇੰਨੀ ਸੌਖੀ ਨਹੀਂ ਆ ਪੰਜਾਬ ਦੀ ਜੀ। ਤੇ ਸਰ ਪੰਜਾਬ ਦੇ ਕਹਿੰਦੇ 90 ਤੋਂ ਵੱਧ ਵਿਧਾਇਕ ਕਾਫੀ ਜ਼ਿਆਦਾ ਗਰੀਬ ਹੋ ਗਏ ਨੇ ਤੇ ਇਸੇ ਲਈ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਦਾ ਟੈਕਸ ਅਦਾ ਕਰਦੀ ਹੈ। ਮੈਂ ਬਹੁਤ ਹੈਰਾਨ ਹਾਂ ਜੀ ਇਸ ਗੱਲ ਦੇ ਉੱਤੇ। ਦੇਖੋ ਤੁਸੀਂ ਕਮਾਈ ਕਰਦੇ ਹੋ ਦਿਨ ਰਾਤ, ਮੈਂ ਕਰਾਂ ਕੋਈ ਹੋਰ ਕਰੇ, ਜੇ 2.5 ਲੱਖ ਰੁਪਏ ਜੇ ਤੂੰ ਸਾਡੀ ਉੱਤੇ ਆਮਦਨ ਆ ਤਾਂ ਫਿਰ ਸਾਨੂੰ ਟੈਕਸ ਅਦਾ ਕਰਨਾ ਪੈਂਦਾ, ਪਰ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਇਹਨਾਂ ਨੂੰ 2-2 ਲੱਖ ਰੁਪਇਆ ਮਹੀਨੇ ਦਾ ਬਣਦਾ, 2-2 ਲੱਖ ਰੁਪਇਆ ਇਹ ਇਹਨਾਂ ਦੇ ਤਨਖਾਹਾਂ ਤੇ ਭੱਤਿਆਂ ਦੇ ਰੂਪ ਦੇ ਵਿੱਚ ਆਉਂਦਾ ਤੇ ਮਤਲਬ ਸਾਲ ਦੀ ਕਮਾਈ ਜਿਹੜੀ 20 ਲੱਖ ਤੋਂ ਉੱਤੇ ਦੀ ਹੋ ਗਈ। ਪਰ ਇਹ ਗਰੀਬ ਆ ਤੇ ਅਸੀਂ ਅਮੀਰ ਆ, ਇਹ ਗੱਡੀਆਂ ਦੇ ਵਿੱਚ ਰਹਿੰਦੇ ਆ, ਕੋਠੀਆਂ ਕਾਰਾਂ 'ਚ ਰਹਿੰਦੇ ਆ, ਕਰੋੜਾਂ ਅਰਬਾਂ ਰੁਪਇਆ ਲਾ ਕੇ ਜਿੱਤਦੇ ਆ, ਫਿਰ ਵੀ ਗਰੀਬ ਆ। ਵੋਟ ਪਾਉਣ ਵਾਲਾ ਬੰਦਾ ਜਿਹੜਾ ਉਹ ਫਿਰ ਵੀ ਅਮੀਰ ਆ। ਸੋ ਜਿਹੜੀ ਇਹ ਖ਼ਬਰ ਆਈ ਆ ਬੜੀ ਹੈਰਾਨੀਜਨਕ ਆ, ਪੰਜਾਬ ਦੇ ਸਿਰਫ 3 ਵਿਧਾਇਕ ਇਹੋ ਜਿਹੇ ਆ ਜਿਹੜੇ ਆਪਣਾ ਇਨਕਮ ਟੈਕਸ ਆਪ ਭਰਦੇ ਆ, ਉਹਦੇ ਵਿੱਚ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਤੇ ਕੁਲਜੀਤ ਸਿੰਘ ਨਾਗਰਾ, ਜਿਹੜੇ ਕਿ ਹੁਣੇ ਹੁਣੇ ਕਾਰਜਕਾਰੀ ਪ੍ਰਧਾਨ ਬਣੇ ਕਾਂਗਰਸ ਦੇ। ਦੂਜੀ ਗੱਲ ਇਹ ਆ ਕਿ ਜਿਹੜੇ ਬਾਕੀ 93 ਦੇ ਕਰੀਬ ਵਿਧਾਇਕ ਆ, 90 ਤੋਂ ਵੱਧ ਵਿਧਾਇਕ ਜਿਨ੍ਹਾਂ ਦਾ ਟੈਕਸ ਸੂਬੇ ਦੀ ਸਰਕਾਰ ਅਦਾ ਕਰਦੀ ਹੈ, ਇਹ ਤਾਂ ਕਰੋੜਾਂ ਰੁਪਇਆ ਬਣ ਗਿਆ ਟੈਕਸ ਦਾ ਹੀ। ਮੈਂ ਹੈਰਾਨ ਹੋ ਗਿਆ ਸਵੇਰੇ ਪੜ੍ਹ ਕੇ ਕਿ 2017-18 ਦੇ ਵਿੱਤੀ ਵਰ੍ਹੇ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਦਾ ਜਿਹੜਾ ਟੈਕਸ ਆ 82,77,506 ਰੁਪਏ, 2018-2019 ਵਿੱਤੀ ਵਰ੍ਹੇ ਦੇ ਵਿੱਚ 65,95,264 ਰੁਪਏ, 2019-2020 ਦੇ ਵਿੱਚ 64,93,652 ਰੁਪਏ ਤੇ 2020-2021 ਦੇ ਵਿੱਚ 62,54,952 ਰੁਪਏ ਇਨਕਮ ਟੈਕਸ ਦੇ ਤੌਰ ਦੇ ਉੱਤੇ ਸੂਬੇ ਦੇ ਖਜ਼ਾਨੇ ਵਿੱਚੋਂ ਗਏ ਆ। ਇਹ ਉਹ ਖਜ਼ਾਨਾ ਜਿਹੜਾ ਕਿ ਲੋਕਾਂ ਦੇ ਪੈਸੇ ਨਾਲ ਚੱਲਦਾ, 1-1 ਰੁਪਈਆ ਜਮ੍ਹਾਂ ਆਪਾਂ ਕਰਵਾਉਂਦੇ ਹਾਂ ਤਾਂ ਕਰਕੇ ਚੱਲਦਾ, ਉੱਦਾਂ ਕਿਸੇ ਦੇ ਅਸਾਮੀਆਂ ਭਰਨ ਲਈ ਪੈਸੇ ਹੈ ਨਹੀਂ, ਵਿਕਾਸ ਕੰਮਾਂ ਲਈ ਪੈਸੇ ਹੈ ਨਹੀਂ, ਪਰ ਜਿਹੜੇ ਲੋਕ ਬਿਲਕੁਲ ਸ਼ਰੇਆਮ 1,00,000 ਰੁਪਇਆ ਲੈਂਦੇ ਹਰ ਮਹੀਨੇ, ਉਹਨਾਂ ਦਾ ਟੈਕਸ ਸਰਕਾਰ ਅਦਾ ਕਰਦੀ ਹੈ। ਇਹਦੇ ਪਿੱਛੇ ਤਾਂ ਗਲਤੀ ਕਿਹਦੀ ਆ? ਕੇਂਦਰ ਦੇ ਮੰਤਰੀਆਂ ਦਾ ਵੀ ਇਹੀ ਆ, ਉੱਧਰ ਕੇਂਦਰ 'ਚ ਬੈਠੇ ਲੋਕਾਂ ਦਾ ਵੀ ਆਹੀ ਕੁਛ ਹਾਲ ਆ। ਚਲੋ ਜੇਕਰ ਮਾਰਨੀ ਆ ਤਾਂ ਆਮ ਲੋਕ ਮਾਰਨੀ ਆ, ਇਹ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨਾਲ ਤਾਂ ਐਸ਼ਾਂ ਲੁੱਟਦੇ ਆ, 5 ਸਾਲ ਦੇ ਲਈ ਰਹਿ ਕੇ ਸਾਰੀ ਉਮਰ ਦੇ ਲਈ ਪੈਨਸ਼ਨ ਇਹ ਲੈਂਦੇ ਆ, ਤੇ ਇੱਧਰ ਕਹਿੰਦੇ ਵੀ 58 ਸਾਲ ਤੱਕ ਜਿਹੜੀ ਨੌਕਰੀ ਕਰਿਆ ਕਰੂ ਤੁਹਾਨੂੰ ਪੈਨਸ਼ਨ ਨਹੀਂ ਮਿਲਿਆ ਕਰਨੀ। ਬੰਦੇ ਦਾ ਕਸੂਰ ਕਿੱਥੇ ਆ? ਮਤਲਬ ਇਹ ਆ ਵੀ ਲੁੱਟ ਚਾਰੇ ਪਾਸੇ ਮੱਚੀ ਹੋਈ ਆ, ਅੱਧੋਂ ਵੱਧ ਗੱਲਾਂ ਦਾ ਤਾਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਜੀ। ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ ਜੀ। ਸੋ ਖੈਰ ਅੱਗੇ ਵੱਧਦੇ ਹਾਂ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨੀ ਸ਼ਹੀਦ ਊਧਮ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਲੰਘ ਕੇ ਗਿਆ, ਪਰ ਇੱਕ ਵਿਵਾਦ ਖੜਾ ਹੋ ਗਿਆ ਕਿ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਥਾਂ ਤੇ ਰਾਮ ਰਹੀਮ ਲਿਖ ਦਿੱਤਾ ਗਿਆ ਸੀ ਜੀ। ਮੈਨੂੰ ਬੇਹੱਦ ਦੁੱਖ ਹੋਇਆ ਜੀ ਇਸ ਗੱਲ ਦੇ ਉੱਤੇ, ਬਈ ਜੱਦੀ ਪਿੰਡ ਆ ਜਿਹੜਾ ਰਾਣਾ ਸੋਢੀ ਦਾ, ਜਿਹੜੇ ਕਿ ਖੇਡ ਵਿਭਾਗ ਦੇ ਮੰਤਰੀ ਆ, ਉਹਨਾਂ ਦੇ ਵੱਲੋਂ ਆਪਣੇ ਪਿੰਡ ਮੋੜ ਕੇ ਉਤਾਰ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਇਆ ਗਿਆ। ਇਹ ਵਿਵਾਦਾਂ ਦੇ ਵਿੱਚ ਘਿਰ ਗਿਆ। ਇਸ ਬੁੱਤ ਦੇ ਥੱਲੇ ਜਿਹੜਾ ਪੱਥਰ ਲਾਇਆ ਗਿਆ ਜਿਹਦੇ ਉੱਤੇ ਲਿਖਿਆ ਹੁੰਦਾ ਜੀ ਕਿ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਬੁੱਤ ਦਾ ਉਦਘਾਟਨ ਰਾਣਾ ਸੋਢੀ ਨੇ ਆਪਣੇ ਘਰ ਕਮਲਾਂ ਨਾਲ ਕੀਤਾ, ਜੋ ਅੱਜ ਵੈਸੇ ਰਵਾਇਤੀ ਦੀ ਚੱਲਦੀ ਇਬਾਰਤ, ਉਸ ਇਬਾਰਤ ਦੇ ਵਿੱਚ ਰਾਮ ਮੁਹੰਮਦ ਸਿੰਘ ਆਜ਼ਾਦ ਜਿਹੜੇ ਸ਼ਹੀਦ ਊਧਮ ਸਿੰਘ ਆ ਉਹਨਾਂ ਦਾ ਨਾਂ
ਰਾਮ ਰਹੀਮ ਸਿੰਘ ਲਿਖ ਦਿੱਤਾ ਗਿਆ। ਸੋ ਦੇਖੋ ਰਾਮ ਮੁਹੰਮਦ ਸਿੰਘ ਆਜ਼ਾਦ ਤੇ ਰਾਮ ਰਹੀਮ ਸਿੰਘ ਆਜ਼ਾਦ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਹੁਣ ਦੇਖੋ ਜਦੋਂ ਉਹ ਉਦਘਾਟਨ ਕਰਕੇ ਚਲੇ ਗਏ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਜਿਹੜੇ ਯੂਥ ਕਲੱਬ ਵਾਲੇ ਉਹਨਾਂ ਨੇ ਰੌਲਾ ਪਾਇਆ ਵਿਚਾਰਿਆਂ ਨੇ। ਉਹ ਕਹਿੰਦੇ ਵੀ ਇਹ ਤਾਂ ਸ਼ਹੀਦ ਦੀ ਕੀ ਵਾਲੀ ਗੱਲ ਆ, ਕਿੱਥੇ ਰਾਮ ਰਹੀਮ, ਕਿੱਥੇ ਰਾਮ ਮੁਹੰਮਦ ਸਿੰਘ ਆਜ਼ਾਦ। ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੱਕ ਗੱਲ ਪਹੁੰਚੀ, ਪ੍ਰਸ਼ਾਸਨ ਇਸ ਤੋਂ ਪੱਥਰ ਪੱਟ ਕੇ ਲੈ ਗਿਆ ਤੇ ਦੁਬਾਰਾ ਵਾਪਸ ਤੇ ਪੱਥਰ ਨਹੀਂ ਲਾ ਕੇ ਗਿਆ। ਹੁਣ ਦੇਖੋ ਵੀ ਨਾ ਤਾਂ ਰਾਣਾ ਸੋਢੀ ਨੇ ਉਦਘਾਟਨ ਕਰਨ ਮੌਕੇ ਦੇਖਿਆ ਵੀ ਭਾਈ ਇੱਥੇ ਰਾਮ ਰਹੀਮ ਲਿਖਿਆ ਹੋਇਆ, ਜੇਕਰ ਉਹ ਇਹ ਗੱਲ ਕਹਿੰਦੇ ਵੀ ਭਾਈ ਮੈਂ ਨੀ ਉਦਘਾਟਨ ਕਰਨਾ ਗਾ, ਪਹਿਲਾਂ ਇਹਨੂੰ ਸਹੀ ਕਰੋ, ਤਾਂ ਇਹ ਮਿੰਟਾਂ ਸਕਿੰਟਾਂ ਦੇ ਵਿੱਚ ਕੰਮ ਹੋ ਜਾਣਾ ਸੀ ਕਿ ਮੰਤਰੀ ਸਾਹਿਬ ਖੜੇ ਆ, ਨਾਲੇ ਲੋਕਾਂ ਤੱਕ ਪ੍ਰਭਾਵ ਪਹੁੰਚਦਾ ਵੀ ਮੰਤਰੀ ਸਾਹਿਬ ਕਿੰਨੇ ਗੰਭੀਰ ਆ। ਦੇਖੋ ਉਹਨਾਂ ਨੇ ਗਲਤੀ ਫੜ ਲਈ ਤੇ ਆਪਣੇ ਮਹਿਕਮੇ ਵਾਲਿਆਂ ਨੂੰ ਚੰਗੀ ਤਰ੍ਹਾਂ ਠੋਕ ਕੇ ਰੱਖਤਾ, ਪਰ ਨਾ ਇੱਥੇ ਪੇਂਟਰ ਨੂੰ ਵੀ ਦਿਸਦਾ ਵੀ ਭਾਈ ਰਾਮ ਰਹੀਮ ਦੇ ਵਿੱਚ ਰਾਮ ਮੁਹੰਮਦ ਸਿੰਘ ਦਾ ਕੀ ਅੰਤਰ ਆ, ਜਿਹੜੀ ਪੰਚਾਇਤ ਜਿਹੜੀ ਕਮੇਟੀ ਆ ਨਾ ਉਹਨਾਂ ਨੂੰ ਦਿਸਦਾ, ਨਾ ਹੀ ਇੱਥੇ ਜਿਹੜੇ ਬਾਕੀ ਤਾੜੀਆਂ ਮਾਰਨ ਵਾਲੇ ਆਏ ਤੇ ਮਿਸ਼ਰੀ ਖਾਨ ਵਾਲੇ ਆਏ ਉਹਨਾਂ ਨੂੰ ਪਤਾ ਲੱਗਾ। ਸੋ ਬੜੇ ਦੁੱਖ ਦੀ ਗੱਲ ਹੈ ਜੀ ਕਿ ਅਸੀਂ ਕਿਹੋ ਜਿਹੀ ਘੇਸਲ ਮਾਰਦੇ ਹਾਂ, ਅਸੀਂ ਕਿੰਨੀ ਅਣਗਹਿਰੀ ਦੇ ਸ਼ਿਕਾਰ ਲੋਕ ਹਾਂ, ਅਸੀਂ ਸ਼ਹੀਦਾਂ ਦੇ ਨਾਂ ਹੀ ਬਦਲ ਦਿੰਦੇ ਹਾਂ। ਇੱਧਰ ਭਾਰਤ ਦੇ ਵਿੱਚ ਸੰਵਿਧਾਨ ਬਦਲਣ ਨੂੰ ਫਿਰਦੇ ਆ, ਉਹ ਥਾਵਾਂ ਦੇ ਨਾਂ ਬਦਲੀ ਜਾਂਦੇ ਆ, ਅਸੀਂ ਸ਼ਹੀਦਾਂ ਦੇ ਨਾਂ ਬਦਲੀ ਜਾਂਦੇ ਹਾਂ। ਜੀ ਬਿਲਕੁਲ। ਸੋ ਖੈਰ ਅੱਗੇ ਵਧਦੇ ਹਾਂ ਜੀ। ਸਾਂਪਲਾ ਦੇ ਕਾਫਲੇ ਨੂੰ ਰੋਕਣ ਤੇ 700 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਹੋ ਗਏ ਨੇ ਜੀ। ਦੇਖੋ ਜੀ, ਹਰਿਆਣੇ ਦੇ ਵੱਲ ਜਾਂਦੇ ਸੀਗੇ ਵਿਜੇ ਸਾਂਪਲਾ ਹੋਰੀ, ਜਿਹੜੇ ਬੀਜੇਪੀ ਦੇ ਸਾਬਕਾ ਪ੍ਰਧਾਨ ਆ, ਇਸ ਵੇਲੇ ਐਸ ਸੀ ਐਸ ਟੀ ਕਮਿਸ਼ਨ ਦੇ ਉਹ ਹੈਗੇ ਚੇਅਰਮੈਨ, ਤੇ ਉਹ ਜਾਂਦੇ ਸੀਗੇ ਜੀ ਜਦੋਂ ਤੇ ਰਾਹ ਦੇ ਵਿੱਚ ਕਿਸਾਨਾਂ ਨੇ ਇਹਨਾਂ ਦੇ ਕਾਫਲੇ ਨੂੰ ਰੋਕ ਲਿਆ। ਉੱਥੇ ਬਹੁਤ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋਇਆ, ਉਹਨਾਂ ਨੇ ਗੱਡੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਕਿਸਾਨਾਂ ਨੇ। ਤੇ ਇਸ ਥਾਂ ਦੇ ਉੱਤੇ ਪਤਾ ਲੱਗਾ ਜੀ ਉਹ ਬਲਜੀਤ ਸਿੰਘ ਜਾਦੂਵਾਲ ਦੇ ਰਾਹ ਜਾਦੂ ਪਿੰਡ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਗਏ ਸੀਗੇ, ਤੇ ਉੱਥੇ 700 ਦੇ ਕਰੀਬ ਅਣਪਛਾਤੇ ਕਿਸਾਨਾਂ ਦੇ ਉੱਤੇ ਤੇ 24-25 ਕਿਸਾਨਾਂ ਦੇ ਉੱਤੇ 22 ਨੇਮ ਪਰਚੇ ਦਰਜ ਹੋਏ ਆ, ਜਿਹਦੇ ਵਿੱਚ ਰੋਲਦੂ ਸਿੰਘ ਮਾਨਸਾ ਵੀ ਆ, ਲੱਖਾ ਧਾਣਾ ਵੀ ਆ, ਕਈ ਹੋਰ ਕਿਸਾਨ ਆਗੂ ਵੀ ਹੈਗੇ ਆ। ਸੋ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਵੀ ਭਾਈ ਕਿਸਾਨਾਂ ਦੇ ਉੱਤੇ ਪਰਚਾ ਦਰਜ ਕਰਨ ਲੱਗੇ ਤਾਂ ਸਪਿੰਟ ਲਾਉਂਦੇ, ਮਿੰਟ ਵੀ ਨਹੀਂ ਲਾਉਂਦੇ ਹੁਣ ਤਾਂ, ਪਰ ਕਿਸਾਨ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਆ। ਉਹਨਾਂ ਨੇ ਕਿਹਾ ਜੀ ਕਿ ਬਲਜੀਤ ਸਿੰਘ ਦਾਦੂਵਾਲ ਦਾ ਸਮਾਜਿਕ ਤੌਰ ਦੇ ਉੱਤੇ ਬਾਈਕਾਟ ਕਰਦੇ ਹਾਂ ਅਸੀਂ, ਤੇ ਇਹ ਵੀ ਪਤਾ ਲੱਗਿਆ ਜੀ ਕਿ ਥਾਣੇ ਦੇ ਮੂਹਰੇ ਘਰਾਓ ਦਾ ਕੰਮ ਕਰ ਲਿਆ ਗਿਆ। ਲੰਘੇ ਕੱਲ ਕਿਸਾਨ ਆਗੂਆਂ ਨੇ ਬੁੱਧਵਾਰ ਤੱਕ ਦਾ ਟਾਈਮ ਦਿੱਤਾ ਥਾਣੇ ਦੇ ਮੁਖੀ ਨੂੰ ਵੀ ਜਾਂ ਤਾਂ ਸਾਰੇ ਪਰਚੇ ਰੱਦ ਕਰ ਦਿਓ ਤੇ ਜਾਂ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਸੰਘਰਸ਼ ਕਰਾਂਗੇ। ਸੋ ਕਿਸਾਨ ਆਪਣੀ ਥਾਂ ਦੇ ਉੱਤੇ ਦ੍ਰਿੜਤਾ ਨਾਲ ਡਟੇ ਹੋਏ ਆ। ਹਾਲੇ ਤੱਕ ਪੁਲਿਸ ਨੇ ਕਿਸੇ ਕਿਸਾਨ ਦੀ ਗ੍ਰਿਫਤਾਰੀ ਤਾਂ ਨਹੀਂ ਕੀਤੀ, ਪਰ ਜਿੰਨਾ ਚਿਰ ਪਰਚੇ ਰੱਦ ਨਹੀਂ ਹੁੰਦੇ ਗੇ ਕਿਸਾਨ ਕਹਿੰਦੇ ਉਹਨਾਂ ਚਿਰ ਅਸੀਂ ਵੀ ਪੈਰ ਪਿੱਛੇ ਨਹੀਂ ਕਰਦੇ ਜੀ। ਤੇ ਸਰ, ਕਿਸਾਨ ਸੰਸਦ ਨੇ ਵੈਸੇ ਕਿਸਾਨਾਂ ਦੇ ਵਿੱਚ ਕਾਫੀ ਜ਼ਿਆਦਾ ਜੋਸ਼ ਭਰ ਦਿੱਤਾ ਹੈ। ਹਾਂ ਬਿਲਕੁਲ, ਮੈਂ ਨਾ ਇਹ ਖਬਰ ਸਾਂਝੀ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਿੰਦਾ ਬਈ, ਬੀਜੇਪੀ ਦੇ ਵੱਲੋਂ ਹਰਿਆਣਾ ਦੇ ਵੱਲੋਂ ਇੱਕ ਨਵੀਂ ਚਾਲ ਚੱਲੀ ਗਈ ਆ। ਉਹ ਚਾਲ ਹੈਗੀ ਆ ਤਿਰੰਗਾ ਮਾਰਚ ਦੀ। ਕਹਿੰਦੇ ਵੀ ਅਸੀਂ 15 ਅਗਸਤ ਨੂੰ ਤਿਰੰਗਾ ਮਾਰਚ ਕਰਨਾ। ਚਲੋ ਤਿਰੰਗੇ ਦਾ ਸਨਮਾਨ ਤਾਂ ਸਭ ਨੂੰ ਕਰਨਾ ਚਾਹੀਦਾ, ਬੀਜੇਪੀ ਵੀ ਕਰੇ ਅਸੀਂ ਵੀ ਕਰਕੇ ਸਾਰੇ ਕਰਨ, ਪਰ ਉਹਨਾਂ ਨੇ ਇਹ ਦਿਨ ਇਸ ਕਰਕੇ ਚੁਣਿਆ ਤਾਂ ਜੋ ਅਸੀਂ ਸੜਕਾਂ ਦੇ ਉੱਤੇ ਫਿਰੀਏ ਤੇ ਕਿਸਾਨ ਸਾਡਾ ਆ ਕੇ ਵਿਰੋਧ ਕਰਨ। ਜਦੋਂ ਕਿਸਾਨ ਸਾਡਾ ਆ ਕੇ ਵਿਰੋਧ ਕਰਨਗੇ ਤਾਂ ਲੋਕਾਂ ਤੱਕ ਇਹ ਸੁਨੇਹਾ ਪਹੁੰਚੂਗਾ ਜੀ ਇਹ ਤਿਰੰਗੇ ਦੇ ਵੈਲੀ ਆ, ਇਸ ਕਰਕੇ ਸਾਡੇ ਤੇ ਹਮਲਾ ਕੀਤਾ। ਸੋ ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣੇ ਦੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਆ ਬਈ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਜਾਵੇ, ਕੋਈ ਹੱਲਾ ਨਹੀਂ ਬੋਲਣਾ, ਇਹਨਾਂ ਦਾ ਕੋਈ ਵਿਰੋਧ ਨਹੀਂ ਕਰਨਾ। ਇਹ ਤਿਰੰਗੇ ਦੀ ਆੜ ਦੇ ਵਿੱਚ ਸਾਡੇ ਵਿੱਚ ਆਉਣਾ ਚਾਹੁੰਦੇ ਆ ਤਾਂ ਜੋ ਅਸੀਂ ਇਹਨਾਂ ਦਾ ਵਿਰੋਧ ਕਰੀਏ, ਅਸੀਂ ਹਮਲਾ ਕਰੀਏ, ਇੱਥੇ ਮਾਰ ਕੁਟਾਈ ਹੋਵੇ, ਤਿਰੰਗਾ ਰੁਲੇ ਤੇ ਅਸੀਂ ਬਦਨਾਮ ਹੋ ਜਾਈਏ। ਵੀ ਇਹ ਦੇਖੋ ਤਾਂ ਤਿਰੰਗੇ ਦੇ ਵੈਰੀ ਆ ਜੀ, ਇਸ ਕਰਕੇ ਸੰਭਲ ਕੇ ਚੱਲਣਾ ਹੈਗਾ, ਉਹਨਾਂ ਨੇ ਇਹ ਗੱਲ ਕਹੀ ਆ। ਅਗਲੀ ਗੱਲ ਜਿਹੜੀ ਤੁਸੀਂ ਪੁੱਛੀ ਆ, ਜਿਹੜੀ ਕਿਸਾਨ ਸੰਸਦ ਆ ਉਹ ਆਪਾਂ ਜਾਣਦੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜੰਤਰ ਮੰਤਰ ਦੇ ਵਿੱਚ ਲੱਗ ਰਹੀ ਆ। ਹਰ ਰੋਜ਼ 200 ਕਿਸਾਨ ਉੱਥੇ ਪਹੁੰਚਦੇ ਆ, ਪਾਰਲੀਮੈਂਟ ਤੋਂ ਸਿਰਫ 200 ਮੀਟਰ ਦਾ ਰਸਤਾ ਇਹ ਜੰਤਰ ਮੰਤਰ ਦਾ। ਸੋ ਉੱਥੇ ਜਦੋਂ ਕਿਸਾਨ ਪਹੁੰਚਦੇ ਆ ਤਾਂ ਆਪਦੇ ਤਰੀਕੇ ਦੇ ਨਾਲ ਵਿਰੋਧ ਵੀ ਕਰਦੇ ਆ ਤੇ ਕਾਨੂੰਨਾਂ ਦੇ ਉੱਤੇ ਚਰਚਾ ਵੀ ਕਰਦੇ ਆ। ਇੱਕ ਦਿਨ ਔਰਤਾਂ ਦੇ ਲਈ ਵੀ ਰੱਖਿਆ ਗਿਆ ਸੀਗਾ 26 ਜੁਲਾਈ ਵਾਲਾ। ਸੋ ਉਸੇ ਵੇਲੇ ਗੱਲ ਇਹ ਸੀ ਕਿ ਇਸ ਕਿਸਾਨ ਸੰਸਦ ਦੇ ਕਰਕੇ ਪੂਰੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਦੇ ਅੰਦਰ ਇੱਕ ਵੱਖਰਾ ਜੋਸ਼ ਭਰਿਆ ਗਿਆ, ਇਹ ਗੱਲ ਸੱਚੀ ਹੈ। ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਵਿੱਚ ਵੀ ਜੋਸ਼ ਹੈ, ਪੰਜਾਬ ਹਰਿਆਣਾ ਯੂਪੀ ਦੇ ਵੱਖ ਵੱਖ ਥਾਵਾਂ ਦੇ ਉੱਤੇ ਬੈਠੇ ਕਿਸਾਨਾਂ ਵਿੱਚ ਵੀ ਜੋਸ਼ ਹੈ। ਸੋ ਇੱਕ ਵੱਖਰੀ ਮਿਆਰੀ ਗੱਲ ਹੈਗੀ ਆ। ਵਿਰੋਧ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਆ ਤੇ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਤਰੀਕਾ ਹੈਗਾ। ਸੋ ਮੈਂ ਸੋਚਦਾ ਇੱਕ ਚੰਗੀ ਪ੍ਰਾਪਤੀ ਆ, ਇਹ ਲਗਾਤਾਰ ਅੱਗੇ ਵਧਣੀ ਚਾਹੀਦੀ ਹੈ ਗੱਲ। ਵੈਸੇ ਮੈਂ ਹੁਣੇ ਖਬਰ ਪੜ੍ਹ ਕੇ ਹਟਿਆ, ਆਹ ਜਿਹੜੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਇਹਦੇ ਵਿੱਚ 117 ਘੰਟੇ ਸ਼ੁੱਕਰਵਾਰ ਤੱਕ ਬਰਬਾਦ ਹੋ ਗਏ ਆ।
सिर्फ 18 घंटे काम होया, 117 घंटे बर्बाद हुए आ जेडे कि करोड़ रुपये पे है। और सत्ताधारी घर यह गल कहूगी कल को देखो जी देश का इतना पैसा बर्बाद कर दिया विरोधियों ने, पर सच्चाई ये गल है कि विरोधी भी इस करके विरोध कर रहे हैं क्योंकि देश के वे तीन मुद्दे पैदा सर जसूसी कार्ड खेती कानून वापस क्यों नहीं लेंगे, तेल दिन कीमतें इन क्यों बढ़िया, इस गल के सत्ताधारी फिर चर्चा करके नहीं रहा जी। जे वो अब चर्चा करनी है तो कल संसद का काम सही तरीके चल पूगा, पर मन के राजी नहीं है जी। ते सर सुरेंद्र पाल जी दी अक्सर आपां गल करदे रहे आ, वो नौजवान जिहड़ा कि टावर दे उपर चढ़िया होया सी नौकरी ना मिलन दा करके, हुण खबर आ रही है कि जित दा तगमा लै टावर तो थले उतर गया सुरेंद्र पाल। हाँ बिल्कुल जी, सुरेंद्र पाल है जिहड़ा वो जित वाले अंदाज दे विच जित दा पटका बन के ते वो वापस थले आ गया। 4.5 महीने बाद वो टावर तो उतरिया क्योंकि सरकार दे वल्लों जिहड़ियां ETT टैट पास अध्यापक है जो बेरोजगार उन्हों दसानिया प्रवानगी दी गई है, तो इस करके जो ये सुरेंद्र पाल है ये टावर तो थले उतरिया आ, उसकी सेहत खराब आ पर खिड़े मत्थे थले उतरिया। तो एक जेतू राउंड उन्हें गल कही है कि भावें सूँ मरना भी पै जाए पर जिते असं संघर्ष कर लग पे उसे असं संघर्ष करते ही रहेंगे जी। सर पिछले दिनी आपां जानदे आ बेहद दुखदायक खबर सामने आई सी कि बेबे मान कौर जिहड़े कि दौड़ाक सी उन्हां दी मौत हो गई सी और उन्हां नूं श्रद्धांजलि देण दे लई कोई भी सरकारी अधिकारी या नेता नहीं पहुंचिया जी। देखो जी बेबे मान कौर उम्र 105 साल पिछले दिनी मौत हो गई सी डेरा पस्सी दे इक आयुर्वेदिक हस्पताल दे विच, उस तों बाद उन्हां दी मौत दे उत्ते दुख सब ने मनाया। 105 साल दी उम्र थोड़ी नहीं हुंदी पर जो हम कल उन्होंने संस्कार किया गया चंडीगढ़ के सैक्टर 25 शमशान घाट से, तो इतने ना तो कोई केंद्र का अधिकारी, ना कोई पंजाब सरकार का मंत्री विधायक, ना कोई प्रशासनिक अधिकारी कोई नहीं पहुंचा। सिर्फ इतने अकाली दल के सबका शिक्षा मंत्री डॉक्टर दलजीत सिंह चीमा पहुंचे थे। सो जे बेबे मान कौर के दोवें पुत्र आते धी है, पुत है गुरदेव सिंह तो मनजीत सिंह, धी हैगी अमृत कौर, तो बाकी परिवारक मैंबर जे ये इतने मौजूद थे होर जो सज्जन सिंह थे। सो बेबे मान कौर का बहुत वड्डा नाम रहा, बेबे मान कौर का बहुत वड्डा नाम हैगा भी है। बेबे मान कौर की जिंदगी के उत्ते एक फिल्म भी बनी है जी कि आने दिनों में रिलीज़ होगी। सो गल कि प्रशासनिक अधिकारियों को इस गल की समझ होनी चाहिए थी कि बेबे मान कौर को शरदा के फुल भेट करने चाहिए है। हालांकि जेडे खिडारी होंगे आ जेडे क्रांतिकारी होंगे आ, मैं ये सोचना भी सरकार के सन्मान के भुखे तो नहीं होंगे, पर सरकार अपना फर्ज तो समझना चाहिए भी उदा तो जेकर कोई भावें 3600 दोष लगा होगा कोई नेता तुर जाए तो उसे तोपा की सलामी देने लग जाते हैं, बंदूकों वाले खड़े होंगे आ, पर जेकर बेबे मान कौर वर्गी शख्सियतों को सन्मान दिता जाऊगा तो लोगों के एक नवा जोश एक नवी ऊर्जा पैदा होंगी है जी। बिल्कुल सर, ओलंपिक्स की गल करते हैं जी, भारतीय हॉकी टीम ने जिन्ना वधिया प्रदर्शन कर दिखाया जी, हर पास उस चीज़ की चर्चा हो रही है और हुण सैमीफाइनल पहुंच गई है टीम। हाँ बिल्कुल जी, एक तो गल यह है जी कि फाइनल पहुँच सकते हैं साड़ी भारतीय हॉकी टीम के खिलाड़ी है जोड़े 49 साल बाद जी साड़ी भारतीय हॉकी टीम है ये सैमीफाइनल पहुंची है। जिस तरीके कल बरतानिया 3-1 के फर्क के नाल भारतीय हॉकी टीम के खिलाड़ियों ने हराया, तो टीम इंडिया के वास्ते दिलप्रीत सिंह ने 7वें, गुरजंट सिंह ने 16वें, हारदिक सिंह ने 57वें मिनट के गोल दागे है। तो सैमीफाइनल भारतीय टीम का मुकाबला बेल्जियम के नाल होना कल यानी कि मंगलवार। चलो असं आस करते हैं जी कि कल वाला मुकाबला भी साड़ी झोली के पवे, पर बहुत वड्डी टीम आ, बहुत मैडल जेतू टीम आ जिदे नाल कल नूं मुकाबला होना। सो असी आस करते हैं कि इतने भी शायद कुछ चंगा हो। मैं हुणे हुणे खबर मैंने पता लगा भी कुड़ियां की टीम आ जी वही शायद सैमीफाइनल के पहुँच गई है, यह भी बहुत वधिया गल आ। जी PV सिंधु आने एक होर मैडल आ जिहड़ा वो कांसे का मैडल वो भारत की झोली के पवाता, पता लगा भी जी PV सिंधु आदि वालों जो खेड का मुकाबला चीन की शी बिंग जाओ यू सीधे सैटा के 21-13 to 21-15 दिन हराया गया, तो इन्हें भी एक बहुत वही जित दर्ज की है। दो मैडल जितने वाली ओलंपिक के PV सिंधु पहली भारतीय खिलाड़ी बन गई है। इस तो पहला मुक्केबाजी के आप जानते कुश्ती के सुशील कुमार भी सी जो इस वे बड़ा कसूता फसया होया, उन्हें भी दो मैडल ओलंपिक के दिते थे, वह भी एक वही प्राप्ति थी। सो PV सिंधु के रूप के होर खिलाड़ियों के रूप में एक चंगी खबर आ रही है। मैं कल बड़ा इस गलों नमोशी जी महसूस की, पहले नंबर के उत्ते चीन आ, चीन पहले नंबर के उत्ते मैडल जितने
ਭਾਰਤ ਤਾਂ 60ਵੇਂ 61ਵੇਂ ਨੰਬਰ ਦੇ ਉੱਤੇ ਆ, 2 ਮੈਡਲ ਆ, 골ਡ ਮੈਡਲ ਹਾਲੇ ਤੱਕ ਕੋਈ ਵੀ ਨਹੀਂ ਗਾ ਸਾਡੇ ਕੋਲੇ। ਸੋ ਆਸ ਕਰਨੀ ਬਣਦੀ ਹੈ ਕਿ ਭਾਰਤ ਦੇ ਖਿਡਾਰੀ ਕੁਝ ਹੋਰ ਮੈਡਲ ਹਾਸਲ ਕਰਨਗੇ, ਜੇ 골ਡ ਮੈਡਲ ਆ ਜਾਂਦਾ ਕਿਸੇ ਵੀ ਖੇਡ ਦੇ ਵਿੱਚ, ਇਹ ਇੱਕ ਬਹੁਤ ਚਮਤਕਾਰੀ ਗੱਲ ਹੋਊਗੀ। ਜੀ ਬਿਲਕੁਲ। की गल रितु, हले पिछले हफ्ते तक ग्रोसरी लेके आई सी, आज फिर लैन चली है। ओ की दसा, अपने आदा स्टोर दे विच है ही है ना अपनापन, बार बार जानू जी करदा है। अपने आदा स्टोर? जी हाँ, अपने आदा स्टोर इंडो स्पाइस वर्ल्ड। वधिया किस्म दी इंडियन ग्रोसरी लेनी होवे या फिर ताजिया सब्जियां, ओ भी किफायती दामा च, ओ भी तुहाडे अपने बजट दे विच, ता एक नाम याद रखो, इंडो स्पाइस वर्ल्ड। इंडो स्पाइस वर्ल्ड इथे मनी ग्राम दी सेवावां भी उपलब्ध ने। इंडो स्पाइस वर्ल्ड 12 वी पुई नुई रोड पापा टोई टोई। कॉल पापा टोई टोई 09277600 7, मैनोरेवा 09269 5541, तोरंगा 07571 1937।